लुधियाना पुलिस ने गुप्त सूचना के आधार पर एक गिरोह के 3 सदस्यों को काबू किया है, जिनके पास से लूटपाट के 8 मोबाइल फोन, 1 किलो 100 ग्राम अफीम बरामद हुआ है। प्रेस वार्ता के दौरान पुलिस अधिकारी ने बताया कि पकड़े गए सभी आरोपी पिछले लंबे समय से लूटपाट की घटनाओं को अंजाम दे रहे हैं। इन्होंने अभी तक 20 के करीब मोबाइल लूटने की घटना कबूली है। प्रेस कॉन्फ्रेंस के दौरान जानकारी देते हुए उन्होंने और क्या कुछ बताया, आइए आपको भी सुनाते हैं। ਸ਼੍ਰੀ ਅਨਿਲ ਕੁਮਾਰ ਕੋਹਲੀ ਅਤੇ ਐਸ ਐਚ ਓ ਜੋਧੇਵਾਲ ਅਰਸ਼ਪ੍ਰੀਤ ਕੌਰ, ਇਹਨਾਂ ਨੇ ਇੱਕ ਡਰੱਗਸ ਅਤੇ ਸਨੈਚਰ ਦਾ ਮਿਕਸ ਗੈਂਗ ਜਿਹਾ ਬਣਿਆ ਹੋਇਆ ਸੀਗਾ, ਉਹ ਬ੍ਰੇਕਡਾਊਨ ਕੀਤਾ। ਉਹਦੇ 'ਚ 1 ਕਿਲੋ ਓਪੀਅਮ ਅਤੇ 8 ਮੋਬਾਈਲ, ਮੋਟਰਸਾਈਕਲ ਵਗੈਰਾ ਰਿਕਵਰ ਹੋਏ ਨੇ ਫਿਲਹਾਲ। ਬਾਕੀ ਇਹਨਾਂ ਦਾ ਫਰਦਰ ਰਿਮਾਂਡ ਲੈ ਕੇ ਇਹਦੀ ਪੁੱਛਗਿੱਛ ਅਤੇ ਹੋਰ ਰਿਕਵਰੀਜ਼ ਕੀਤੀਆਂ ਜਾਣਗੀਆਂ। ਕਾਫੀ ਕੁਛ ਮੰਨ ਰਹੇ ਨੇ ਇਹ ਸਨੈਚਿੰਗ ਸਨੂਚਰ ਕੀਤਾ ਹੋਇਆ, 15-20 ਮੋਬਾਈਲ ਤਾਂ ਆਪਣੇ ਮੂੰਹੋਂ ਕਹਿ ਰਿਹਾ, ਪਲੱਸ ਓਪੀਐਮ ਵਾਲੇ ਤੋਂ ਇਹਦੇ ਫਾਰਵਰਡ ਅਤੇ ਬੈਕਵਰਡ ਲਿੰਕ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿਵੇਂ ਕਿਵੇਂ ਡਿਲੀਵਰ ਕਰਦਾ ਸੀ, ਉਹ ਸਾਰੇ ਅਸੀਂ ਪਤਾ ਕਰਕੇ ਫਿਰ ਤੁਹਾਨੂੰ ਬਾਅਦ 'ਚ ਫਰਦਰ ਦੱਸਾਂਗੇ। ਕੌਣ ਜੀ? ਇਹ ਦੋਨੋਂ ਫਿਲਹਾਲ ਲੁਧਿਆਣੇ ਦੇ ਨੇ, ਪਰ ਜਿਹੜਾ ਓਪੀਐਮ ਲੈ ਕੇ ਆਉਣ ਵਾਲਾ ਹੈ ਇਹ ਪਿੱਛੋਂ ਯੂਪੀ ਦਾ, ਸਹਾਰਨਪੁਰ ਸਾਈਡ ਦਾ, ਉੱਧਰਲੀ ਸਾਈਡ ਤੋਂ ਹੀ ਲੈ ਕੇ ਆਉਂਦਾ ਸੀ, ਉਹ ਲੈ ਲਿਆ ਅਸੀਂ ਸਾਰਾ। ਹੁਣ ਫਰਦਰ ਅਸੀਂ ਇਹਦਾ ਜੋ ਵੀ ਕਾਨੂੰਨ ਅਨੁਸਾਰ ਹੈਗਾ ਉਹ ਐਕਸ਼ਨ ਕਰ ਰਹੇ ਹਾਂ। ਇਹ ਸਨੈਚਰ 'ਤੇ ਪਹਿਲਾਂ ਵੀ ਕੇਸ ਰਜਿਸਟਰ ਹੈ, 2 ਸਾਲ ਪਹਿਲਾਂ ਨਾ ਸਨੈਚਿੰਗ ਦਾ ਪਰਚਾ ਦਰਜ ਹੈ। ਐਡਿਕਟ ਹੈ ਥੋੜ੍ਹਾ ਜਿਹਾ, ਮੈਡੀਸਨ ਡਰੱਗਸ ਵਗੈਰਾ। ਲੁਧਿਆਣਾ ਸੇ ਵਿਕਾਸ ਭਾਂਬਰੀ ਕੀ ਰਿਪੋਰਟ, ਸਿਟੀ ਹੋਮ ਨਿਊਜ਼।